ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕੀ ਗੁਰਦੁਆਰਾ ਸਾਹਿਬ ਤੋਂ ਇਹਨਾਂ ਚੀਜ਼ਾਂ ਲਿਆ ਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਰੱਖੋ ਤੁਸੀਂ ਹਫ਼ਤੇ ਵਿੱਚ ਹੀ ਆਪਣੇ ਘਰ ਦੀ ਹਰੇਕ ਛੈ ਵਿੱਚ ਬਰਕਤ ਵੇਖੋਗੇ ਉਸ ਤੋਂ ਪਹਿਲਾਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰਬਾਣੀ ਕਥਾ ਵਿਚਾਰ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਜੀ ਲਿਖ ਕੇ ਆਪਣੇ ਤੁਸੀਂ ਹਾਜ਼ਰੀ ਲਗਵਾਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦਾ ਇਸ ਕਥਾ ਵਿਚਾਰ ਤੇ ਆਪਾਂ ਸਾਂਝ ਪਾਉਨੇ ਜੀ ਆਪਾਂ ਉਸ ਵਾਹਿਗੁਰੂ ਦੀ ਮਿਹਰ ਨੂੰ ਪ੍ਰਾਪਤ ਕਰਨਾ ਚਾਹੁੰਨੇ ਤਾਂ ਸਾਡੀ ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਅੰਮ੍ਰਿਤ ਵਿਲੇ ਗੁਰਦੁਆਰਾ ਸਾਹਿਬ ਜਾਈਏ ਤੇ ਉੱਥੋਂ ਤਿੰਨ ਚੀਜ਼ਾਂ ਲੈ ਆਓ ਤੁਹਾਡੀ ਜ਼ਿੰਦਗੀ ਚ ਦੁੱਖ ਪਰੇਸ਼ਾਨੀਆਂ ਆਪੇ ਦੂਰ ਹੋ ਜਾਣਗੀਆਂ ਅਰਦਾਸ ਕਰਦੇ ਹੁਣਾਂ ਚ ਤੋਂ ਮੱਥਾ ਟੇਕ ਕੇ ਅਰਦਾਸ ਕਰਦੇ ਆ ਤਾਂ ਉਦੋਂ ਉਸ ਸਮੇਂ ਆਪਾਂ ਪਹਿਲੀ ਚੀਜ਼ ਕਿਹੜੀ ਲੈ ਕੇ ਆਉਣੀ ਉਹ ਪਹਿਲੀ ਚੀਜ਼ ਹੈ ਸਾਡਾ ਆਤਮ ਵਿਸ਼ਵਾਸ ਜਿਸ ਦੀ ਅਜ ਆਪਣੇ ਸਭਣਾ ਦੇ ਵਿੱਚ ਘਾਟ ਹੋ ਗਈ ਆਪਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈ ਆਪਾਂ ਨੂੰ ਆਪਣੇ ਆਪ ਤੇ ਭਰੋਸਾ ਕਰਨਾ ਹੈ ਤੇ ਵਾਗਰੂ ਤੇ ਵੀ ਫਿਰ ਆਪੇ ਵਿਸ਼ਵਾਸ ਆ ਜਾਏਗਾ ਜਿੱਥੇ ਵਿਸ਼ਵਾਸ ਹੈ ਆਸ ਹੈ ਉੱਥੇ ਸਭ ਕੁਝ ਹੈ ਜਿਸ ਨੂੰ ਆਪਣੇ ਆਪ ਤੇ ਭਰੋਸਾ ਹੋਵੇਗਾ ਉਹਦਾ ਹਰ ਮੈਦਾਨ ਫਤਿਹ ਹੋਵੇਗਾ ਮਨ ਲਵੋ ਕੋਈ ਕੰਮ ਹੈ ਉਹ ਹੁੰਦਾ ਹੀ ਨਹੀਂ ਪਿਆ ਨਹੀਂ ਪਰੇ ਚੜਦਾ ਹੀ ਨਹੀਂ ਪਿਆ ਤਾਂ ਜੇ ਆਪਣੇ ਆਪ ਤੇ ਭਰੋਸਾ ਹੈ ਉਸ ਵਾਗਰੂ ਤੇ ਹੈ ਤਾਂ ਕੰਮ ਜ਼ਰੂਰ ਹੋਏਗਾ ਕੋਈ ਵੀ ਦੁੱਖ ਤਕਲੀਫ ਹੈ ਤਾਂ ਆਪਣੇ ਆਪ ਤੇ ਭਰੋਸਾ ਜ਼ਰੂਰ ਰੱਖੋ ਵੀ ਮੈਨੂੰ ਮੇਰੇ ਵਾਇਗ੍ਰੂ ਤੇ ਭਰੋਸਾ ਹੈ ਕਿ ਮੈਂ ਇਹ ਕਰ ਸਕਦਾ ਜੇ ਖੁਦ ਤੇ ਭਰੋਸਾ ਹੈ ਤਾਂ ਆਪਾਂ ਵਾਇਗ੍ਰੂ ਨੂੰ ਵੀ ਮਿਲ ਸਕਦੇ ਆਂ ਕਹਿੰਦੇ ਆ ਵੀ ਉਹ ਦੁਨੀਆ ਤੇ ਐਸਾ ਕੋਈ ਕੰਮ ਨਹੀਂ ਜੋ ਮਨੁੱਖ ਨਹੀਂ ਕਰ ਸਕਦਾ ਬਸ ਜੇ ਮਨ ਚ ਧਾਰ ਲਿਆ ਤੇ ਉਹ ਹਰ ਮੈਦਾਨ ਫਤਿਹ ਕਰ ਸਕਦਾ ਜੇ ਆਪਾਂ ਸੰਸਾਰੀ ਤੌਰ ਤੇ ਹਰ ਮੈਦਾਨ ਚ ਕਾਮਯਾਬੀ ਚਾਹੁੰਨੇ ਵੀ ਜੋ ਕੰਮ ਹੈ ਵੱਡਾ ਉਹਦੇ ਵਿੱਚ ਮੈਨੂੰ ਕਾਮਯਾਬੀ ਮਿਲ ਜੇ ਤਾਂ ਆਪਾਂ ਨੂੰ ਉੱਥੇ ਵੀ ਭਰੋਸੇ ਦੀ ਜ਼ਰੂਰਤ ਹੈ ਵੀ ਮੈਂ ਇਹ ਚੀਜ਼ ਕਰ ਸਕਦਾ ਵਾਇਗਰੂ ਮੇਰੇ ਨਾਲ ਨੇ ਕਿਉਂਕਿ ਹਰ ਉਹ ਚੀਜ਼ ਮਨੁੱਖ ਕਰ ਸਕਦਾ ਜੋ ਸੋਚ ਸਕਦਾ ਬਸ ਉਸ ਤੇ ਲਈ ਉਹਨੂੰ ਪਰੋਸੇ ਵਿਸ਼ਵਾਸ ਦੀ ਲੋੜ ਹੁੰਦੀ ਹੈ ਕਿਉਂਕਿ ਅੰਦਰ ਸਾਡੇ ਉਸ ਵਾਇਗਰੂ ਦੀ ਜੋਤ ਹੈ ਤੇ ਜਿੱਥੇ ਵਾਇਗਰੂ ਨੂੰ ਆਪਾਂ ਨਾਲ ਸ਼ਾਮਿਲ ਕਰ ਲਿਆ ਉਹ ਕੰਮ ਕਦੀ ਤੁਸੀਂ ਹਾਰ ਹੀ ਨਹੀਂ ਸਕਦੇ ਦੂਜੀ ਚੀਜ਼ ਹੈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੁਣ ਮੈਂ ਕਹਾਂ ਵੀ ਮੈਨੂੰ ਭਰੋਸਾ ਤਾਂ ਪੂਰਾ ਹੈ ਪਰ ਮੈਂ ਕੋਸ਼ਿਸ਼ ਨਹੀਂ ਕਰਨੀ ਉਦੋਂ ਵੀ ਨਾ ਕਰਾਂ ਇਸ ਲਈ ਭਰੋਸਾ ਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਕੋਸ਼ਿਸ਼ ਉਸ ਕੰਮ ਨੂੰ ਉਸ ਚੀਜ਼ ਨੂੰ ਨਿਪਰੇ ਚਾੜਨੀ ਕਿਸੇ ਨੂੰ ਕੋਈ ਰੋਗ ਜੇ ਅੰਦਰ ਭਰੋਸਾ ਆ ਗਿਆ ਵੀ ਮੈਂ ਠੀਕ ਹੋ ਸਕਦਾ ਤੇ ਨਾਲ ਨਾਲ ਠੀਕ ਹੋਣ ਲਈ ਅਗਲਾ ਸੈਰ ਕਰਦਾ ਹੋਰ ਕੋਸ਼ਿਸ਼ਾਂ ਕਰਦਾ ਤਾਂ ਉਹ ਠੀਕ ਹੋ ਜਾਵੇਗਾ ਭਰੋਸਾ ਹੈ ਪਰ ਕੋਸ਼ਿਸ਼ ਨਹੀਂ ਤਾਂ ਵੀ ਮਨੁੱਖ ਕਾਮਯਾਬ ਨਹੀਂ ਹੋ ਸਕਦੇ ਤੇ ਅਗਲੀ ਚੀਜ਼ ਆਪਣੇ ਜੋ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਥਾਂ ਹੈ ਉਹ ਹੈ ਪੱਕੇ ਇਰਾਦੇ ਦੀ ਭਾਵ ਮਨੁੱਖ ਨੂੰ ਪੂਰਾ ਯਕੀਨ ਹੋਣਾ ਵੀ ਹਾਂ ਮੈਂ ਕਰ ਸਕਦਾ ਇੱਕ ਵਾਰ ਨਾ ਇੱਕ ਮਹਾਨ ਵਿਗਿਆਨੀ ਨੂੰ ਪੁੱਛਿਆ ਵੀ ਇਹ ਜਿਹੜੀ ਤੁਸੀਂ ਕਾਰਡ ਕੱਢੀਏ ਇਹਦੇ ਪਿੱਛੇ ਤੁਸੀਂ 100 ਵਾਰ ਤੇ ਫੇਲ ਹੋ ਗਏ ਪਰ ਫਿਰ ਵੀ ਤੁਸੀਂ ਨਿਰਾਸ਼ ਨਹੀਂ ਹੋਏ ਤੁਸੀਂ 100 ਵਾਰ ਉਹਦੇ ਚੋ ਫੇਲ ਹੋ ਗਏ ਸੀ ਫਿਰ ਵੀ ਤੁਸੀਂ ਆਪਣੇ ਆਪ ਤੋਂ ਨਿਰਾਸ਼ ਨਹੀਂ ਹੋਏ ਤੁਸੀਂ ਇਹ ਖੇਡਾ ਨਹੀਂ ਇਹਦਾ ਛੱਡਿਆ ਕਿਉਂ ਤਾਂ ਤੁਸੀਂ ਇੰਨੀ ਹਿੰਮਤ ਕਿੱਥੋਂ ਲੈ ਕੇ ਆਉਂਦੇ ਤਾਂ ਉਸਨੇ ਕਿਹਾ ਮੈਨੂੰ ਸ਼ੁਰੂ ਤੋਂ ਹੀ ਐਵੇਂ ਦਾ ਸ਼ੌਂਕ ਸੀ ਮੈਂ ਜਦੋਂ ਛੋਟਾ ਸੀ ਨਾ ਮੈਂ ਇੱਕ ਚੀਜ਼ ਬਣਾ ਰਿਹਾ ਸੀ ਮੈਂ ਉਸ ਵਿੱਚ ਹਰ ਵਾਰ ਨਾਕਾਮੀਆਬੀ ਹੋਇਆ ਤਾਂ ਮੈਂ ਮੂੰਹ ਲਟਕਾ ਕੇ ਆਪਣੇ ਘਰ ਦੇ ਬਾਹਰ ਜਾ ਕੇ ਤੇ ਰੁੱਖ ਦੇ ਥੱਲੇ ਬੈਠ ਗਿਆ ਕਿੰਨੇ ਮੇਰੇ ਮਾਤਾ ਜੀ ਨੇ ਮੈਨੂੰ ਵੇਖਿਆ ਤੇ ਮੇਰੇ ਕੋਲ ਆ ਗਏ ਜਦੋਂ ਕੋਲ ਆ ਕੇ ਤੇ ਨਾਲ ਬੈਠ ਕੇ ਪੁੱਛਿਆ ਕੀ ਹੋਇਆ ਤੈਨੂੰ ਉਸਨੇ ਕਿਹਾ ਬਿਲ ਲਗਾਤਾਰ ਕੋਸ਼ਿਸ਼ ਤੇ ਕਰ ਰਿਆਂ ਤੇ ਆਪਣੇ ਤੇ ਵਿਸ਼ਵਾਸ ਵੀ ਹੈ ਪਰ ਕਾਮਯਾਬਤਾ ਵੀ ਨਹੀਂ ਹੋਉਂਦੀ ਮੈਂ ਨਿਰਾਸ਼ਤਾ ਹੋ ਕੇ ਬੈਠ ਹਮ ਉਸਦੀ ਮਾਤਾ ਜੀ ਨੇ ਉਸ ਨੂੰ ਉਠਾਇਆ ਨਾਲ ਨਾਲ ਰਸੋਈ ਵਿੱਚ ਲੈ ਗਏ ਜਾ ਕੇ ਨਾ ਅੱਗ ਬਾਲ ਕੇ ਤੇ ਤਿੰਨ ਚੁੱਲਿਆਂ 'ਚ ਅੱਗ ਬਾਲ ਦਿੱਤੀ ਤਿੰਨ ਚੁੱਲਿਆਂ 'ਚ ਅੱਗ ਬਾਲ ਕੇ ਤਿੰਨਾ ਤੇ ਨਾ ਵੱਖ-ਵੱਖ ਭਾਂਡੇ ਰੱਖ ਕੇ ਤੇ ਇਹਨਾਂ ਨੂੰ ਪਾਣੀ ਨਾਲ ਪਰ ਦਿੱਤਾ ਹੁਣ ਥੱਲੇ ਅੱਗ ਸੀ ਜਿਹੜੇ ਥੱਲੇ ਪਾਣੀ ਸੀ ਉੱਤੇ ਪਾਣੀ ਪਿਆ ਸੀ ਉਹਨੇ ਉਬਲਣਾ ਤੇ ਹੈ ਹੀ ਨਹੀਂ ਹੈ ਹੀ ਸੀ ਜਦੋਂ ਅੱਗ ਬਲੇ ਕਿਤੇ ਉਬਲੇਗਾ ਤੇ ਹੈ ਹੀ ਕਹਿੰਦੇ ਪਹਿਲੇ ਵਿੱਚ ਨਾ ਉਹਨੇ ਗਾਜਰ ਛੱਟ ਦਿੱਤੀ ਦੂਜੇ ਵਿੱਚ ਉਹਨੇ ਬਰਫ਼ ਛੱਟ ਦਿੱਤੀ ਤੀਜੇ ਵਿੱਚ ਕੁਝ ਹੋਰ ਚੀਜ਼ ਪਾ ਦਿੱਤੀ ਕਹਿੰਦੇ 10 ਮਿੰਟ ਉਹਨੂੰ ਕਹਿੰਦੇ ਤੂੰ ਇੱਥੇ ਰੁੱਕ ਤੇ 10 ਮਿੰਟਾਂ ਬਾਅਦ ਆਪਾਂ ਇਹਨੂੰ ਵੇਖਾਂਗੇ ਹੁਣ ਕੀ ਹੁੰਦਾ ਵੀ ਜਿਹੜੀ ਗਾਜਰ ਸੀ ਨਾ ਉਹ ਸਖਤ ਤੋਂ ਨਰਮ ਹੋ ਗਈ ਜਿਹੜੀ ਬਰਫ਼ ਸੀ ਉਹ ਪਾਣੀ ਦਾ ਹੀ ਰੂਪ ਹੋ ਗਿਆ ਤੇ ਜਿਹੜੀ ਕਹਿੰਦੇ ਤੀਜੀ ਚੀਜ਼ ਵਿੱਚ ਰੱਖੀ ਸੀ ਉਹ ਬੜੀ ਜਿਆਦਾ ਕਠੋਰ ਹੋਗੀ ਤਾਂ ਮਾਤਾ ਜੀ ਕਿਹਾ ਕੁਝ ਸਮਝ ਆਈ ਉਹਨੇ ਕਿਹਾ ਸਮਝਦੀ ਗੱਲ ਹੈ ਇਹ ਸਖਤ ਵੀ ਇਹ ਚ ਮੈਂ ਤੁਹਾਨੂੰ ਕੀ ਸਮਝਾਉਣਾ ਤੁਸੀਂ ਆਪ ਵੇਖ ਲਓ ਇੱਕ ਸਖਤ ਹੋਗੀ ਚੀਜ਼ ਇੱਕ ਨਰਮ ਹੋਗੀ ਇੱਕ ਪਾਣੀ ਦੇ ਵਿੱਚ ਘੋਲਗੀ ਮਾਤਾ ਜੀ ਨੇ ਕਿਹਾ ਇਹ ਉਬਲਦਾ ਪਾਣੀ ਸਾਡੀ ਜ਼ਿੰਦਗੀ ਵਿੱਚ ਦੁਖਾਵਾਗੇ ਕੋਈ ਤੇ ਇਹਦੇ ਜਿਹੜੇ ਦੁੱਖ ਹੁੰਦੇ ਨੇ ਤੇ ਸਖਤ ਹੋ ਜਾਂਦਾ ਕੋਈ ਨਰਮ ਹੋ ਜਾਂਦਾ ਤੇ ਕੋਈ ਉਹ ਦੁਖਾਂਦੇ ਵਹਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਢਾਲਦ ਕੇ ਤੇ ਅੱਗੇ ਵਧਦਾ ਜਾਂਦਾ ਹੈ ਇਹ ਮੈਂ ਇਹ ਤੂੰ ਕੰਮ ਕਰ ਜਿਵੇਂ ਆਪਣੀ ਜ਼ਿੰਦਗੀ ਉਮੇ ਦਾ ਹੋ ਜੋ ਉਸ ਸਮੇਂ ਦੇ ਐਵੇਂ ਬਣ ਜੋ ਕਈ ਪਰੇਸ਼ਾਨੀਆਂ ਨੂੰ ਵੇਖ ਕੇ ਹੋਰ ਸਖਤ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਪ੍ਰੇਮ ਜਮ੍ਹਾਂ ਖਤਮ ਹੋ ਜਾਂਦਾ ਹੈ ਕਈ ਐਵੇਂ ਦੇ ਸਿਆਣੇ ਹੁੰਦੇ ਨੇ ਜੋ ਮੁਸੀਬਤ ਨੂੰ ਮੁਸੀਬਤ ਨੂੰ ਦੇਖ ਕੇ ਬਦਲਦੇ ਨਹੀਂ ਸਗੋਂ ਉਹਨੂੰ ਆਪਣੇ ਵਰਗਾ ਬਣਾ ਕੇ ਆਪਣੇ ਵਰਗਾ ਘੜ ਲੈਂਦੇ ਨੇ ਭਾਵੇਂ ਬਰਫ ਹੀ ਹੋਗੇ ਤੂੰ ਐਵੇਂ ਦਾ ਸਿਆਣਾ ਬਣ ਜੋ ਮੁਸ਼ਕਿਲਾਂ ਨੂੰ ਸਮਝ ਹੱਲ ਕੱਢਣ ਵਾਲਾ ਹੋਵੇ ਤੂੰ ਬਾਹਰ ਦੇ ਹਾਲਾਤਾਂ ਨੂੰ ਆਪਣੇ ਹਿਸਾਬ ਦੇ ਨਾਲ ਢਾਲਣਾ ਅੱਜ ਤੋਂ ਬਾਅਦ ਤੂੰ ਕਿਸੇ ਹਾਲਾਤ ਨੂੰ ਵੇਖ ਕੇ ਐਵੇਂ ਨਰਮ ਨੀ ਪੈਣਾ ਆਪਣੇ ਜੀਵਨ ਵਿੱਚ ਵੀ ਓਕੇ ਤੇ ਮਾੜਾ ਸਮਾਂ ਹਰ ਕਿਸੇ 'ਚ ਆਉਂਦਾ ਹੈ ਚੰਗਾ ਹੈ ਤੇ ਮਾੜਾ ਵੀ ਆਏਗਾ ਮਾੜਾ ਹੈ ਤੇ ਚੰਗਾ ਵੀ ਆਏਗਾ ਆਪਾਂ ਨੂੰ ਸਥਿਤੀ ਨੂੰ ਉਹਨੂੰ ਨਾ ਬਦਲੋ ਸਗੋਂ ਆਪਣੇ ਆਪ ਨੂੰ ਸਥਿਤੀ ਦੇ ਹਿਸਾਬ ਨਾਲ ਬਦਲਦੀ ਵਾਈਗਨੋਮੀ ਨੂੰ ਉਹ ਤਾਕਤ ਦਿੱਤੀ ਕਿ ਅੱਜ ਆਪਾਂ ਕੀ ਕਰਦੇ ਮਾੜੀ ਜੀ ਜ਼ਿੰਦਗੀ ਡਾਵਾ ਡੋਲ ਹੋਈ ਨਹੀਂ ਨਾਲ ਦੀ ਨਾਲ ਨਾ ਜੀ ਮੇਰੇ ਤੋਂ ਨਹੀਂ ਹੋਣਾ ਸਾਰੇ ਆਪਣੇ ਹਥਿਆਰ ਛੱਡ ਕੇ ਤੇ ਪਾਸੇ ਹੋ ਕੇ ਬਸ ਮੂੰਹ ਲਟਕਾਣਾ ਆਉਂਦਾ ਆਪਾਂ ਨੂੰ ਪੱਕਾ ਇਰਾਦਾ ਹੋਣਾ ਚਾਹੀਦਾ ਜਦੋਂ ਤੱਕ ਕਾਮਯਾਬੀ ਨਹੀਂ ਮਿਲਨੀ ਮੈਂ ਨਹੀਂ ਬੈਠਣਾ ਮੈਂ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਮੈਨੂੰ ਵਿਸ਼ਵਾਸ ਹੈ ਵੀ ਮੈਂ ਕਰ ਸਕਦਾ ਜਿਸ ਦਿਨ ਪੱਕਾ ਰਾਦਾ ਆ ਗਿਆ ਨਾ ਹਰ ਮੈਦਾਨ ਫਤਿਹ ਹੋ ਜਾਣਾ ਪਹਿਲਾਂ ਕਰਨੀਏ ਆਪਣੇ ਆਪ ਤੇ ਤੇ ਉਸ ਵਾਗਰੂ ਤੇ ਪਰੋਸਾ ਵੀ ਵਾਇਗਰੂ ਤੇ ਦਰ ਤੇ ਆ ਗਿਆ ਹੁਣ ਮੇਰੇ ਤੇ ਮੇਰ ਹੋਣੀ ਹੀ ਹੋਣੀ ਵਾਇਗਰੂ ਨੇ ਮੇਰੀ ਬਾਹ ਫੜਨੀ ਫੜਨੀ ਜਦੋਂ ਇਹ ਪੱਕਾ ਇਰਾਦਾ ਹੋ ਜਾਂਦਾ ਨਾ ਤਾਂ ਮਰੁਖ ਨੂੰ ਖੁਸ਼ੀਆਂ ਦਾ ਖਜ਼ਾਨਾ ਮਿਲਣਾ ਹੀ ਮਿਲਣਾ ਉਹ ਚਾਬੀ ਉਹ ਗੁਰੂ ਘਰ ਜਾ ਕੇ ਮਿਲਣੀ ਤੇ ਉਥੋਂ ਹੀ ਤੇ ਇਹਨਾਂ ਚੀਜ਼ਾਂ ਲੈ ਆਉਂਦੀਆਂ ਨਾ ਤੇ ਤੁਹਾਡੀ ਕਿਸਮਤ ਦਾ ਚంద్రਾ ਖੁੱਲੇਗਾ ਹੀ ਖੁੱਲੇਗਾ ਇਸ ਲਈ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਤੁਸੀਂ ਸ਼ਾਮਿਲ ਕਰ ਲਓ ਜੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈ ਨਾ ਤਾਂ ਅੰਦਰੋਂ ਮਾੜੀ ਸੋਚ ਨੂੰ ਤੇ ਕੱਢਣਾ ਹੀ ਪੈਣਾ ਜਦੋਂ ਪਾਣੀ ਗੰਦਾ ਹੁੰਦਾ ਆਪਾਂ ਨੂੰ ਹਿਲਾਉਂਦੇ ਨਹੀਂ ਥੋੜੀ ਦੇਰ ਬਾਅਦ ਜਦੋਂ ਉਹ ਮਿੱਟੀ-ਮੁੱਟੀ ਥੱਲੇ ਬਹਿ ਜਾਂਦੀ ਹੈ ਤੇ ਉਹਨੂੰ ਸ਼ਾਂਤ ਜਾਂ ਛੱਡਦੇ ਨੇ ਗੰਦਗੀ ਆਪਣੇ ਆਪ ਹੌਲੀ-ਹੌਲੀ ਥੱਲੇ ਬੈਣ ਲੱਗ ਜਾਂਦੀ ਹੈ ਉਸੇ ਤਰ੍ਹਾਂ ਜੀਵਨ ਵਿੱਚ ਮੁਸ਼ਕਿਲਾਂ ਆਉਣ ਤੇ ਬੇਚਾਨ ਹੋਣ ਦੀ ਲੋੜ ਨਹੀਂ ਸ਼ਾਂਤ ਰਹਿ ਕੇ ਵਿਚਾਰੋ ਤੇ ਹੱਲ ਕੱਢੋ ਹਰ ਇੱਕ ਚੀਜ਼ ਦਾ ਹੱਲ ਤੁਹਾਡੇ ਹੱਥ ਹੈ ਤੇ ਜਿਸ ਦਿਨ ਇਹ ਕਰਨਾ ਆ ਗਿਆ ਨਾ ਫਿਰ ਕਿਸਮਤ ਦਾ ਜਿਹੜਾ ਚੰਦਰਾ ਹੈ ਨਾ ਉਹ ਚਾਬੀ ਇਹ ਤਿੰਨ ਚੀਜ਼ਾਂ ਨੇ ਤੇ ਜਿਸ ਦਿਨ ਇਹ ਤਿੰਨ ਚੀਜ਼ਾਂ ਚੰਗੀਆਂ ਤਰ੍ਹਾਂ ਵਰਤਣੀਆਂ ਆ ਗਈਆਂ ਤੁਸੀਂ ਆਪ ਆਪਣੀ ਉਚਾਈ ਕਿਸਮਤ ਤੱਕ ਲੈ ਜਾਣੀ ਹੈ ਤੇ ਉਹ ਜੰਦਰਾ ਖੋਲ ਕੇ ਹਰ ਮੈਦਾਨ ਤੁਸੀਂ ਫਤਿਹ ਕਰ ਲੈਣਾ ਇਸ ਲਈ ਰੋਜ਼ ਗੁਰੂ ਘਰ ਜਾਓ ਤੇ ਉੱਥੋਂ ਇਹ ਤਿੰਨ ਚੀਜ਼ਾਂ ਆਪਣੀ ਝੋਲੀ ਪਵਾ ਕੇ ਲੈ ਕੇ ਆਓ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਜਾਓ ਤੇ ਉਹਨਾਂ ਨੂੰ ਇਹ ਤਿੰਨ ਚੀਜ਼ਾਂ ਜ਼ਰੂਰ ਦਿਵੋ ਤੇ ਇਹ ਤਿੰਨ ਚੀਜ਼ਾਂ ਤੁਹਾਡੇ ਬੱਚੇ ਦੀ ਕਾਮਯਾਬੀ ਦੇ ਹਰੇਕ ਰਾਹ ਖੋਲ ਦੇਣਗੇ ਫਿਰ ਉਹ ਕਦੀ ਵੀ ਜ਼ਿੰਦਗੀ 'ਚ ਨਾ ਘਬਰਾਉਣਗੇ ਨਾ ਹੀ ਡਰਣਗੇ ਹਰ ਮੈਦਾਨ ਡਟ ਕੇ ਫਤਿਹ ਕਰਕੇ ਆਉਣਗੇ